ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲੈਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਦ ਦੇ ਅੰਜ ਹੁਣ ਦੇ ਪਹਿਲੇ ਵੱਡੀ ਖਬਰ ਦੇ ਵੱਲ ਮੂਸੇਵਾਲਾ ਦੇ ਪਤਾਨੇ ਯੋਗੀ ਸਰਕਾਰ ਦੇ ਕੀਤੇ ਸ਼ਲਾਗਾ ਜੀ ਆਂ ਦੋਸਤੋ ਮਰਹੂਮਾ ਪੰਜਾਬੀ ਗਾਇਕ ਸਧੂ ਮੂਸੇਵਾਲਾ ਦੇ ਪਤਾਨਾ ਬਲਕਰ ਸਿੰਘ ਨੇ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਦੀ ਯੋਗ ਸਰਕਾਰ ਦੀ ਤਾਰੀਫ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਭਗਵਾਨਤਮਾਨ ਸਰਕਾਰ ਸੁਰੱਖਿਆ ਅਤੇ ਇਨਸਾਫ ਦਬਾਉਣ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਫੇਲ ਹੋਈ ਹੈ ਪੰਜਾਬ ਦੇਆਂ ਜ਼ਿਲ੍ਹਿਆਂ ਵਿੱਚ ਵੀਡੀਓਜ਼ ਜ ਬਣ ਰਹੀਆਂ ਹਨ ਪਰ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰੀ ਅਤੇ ਯੂਪੀ ਸਰਕਾਰ ਲਗਾਤਾਰ ਗੈਂਗਸਟਰਾਂ ਨੂੰ ਖਤਮ ਕਰੀਆ ਤੇ ਮੁੱਖ ਮੰਤਰੀ ਭਗਵਾਨਤਮਾਨ ਨੂੰ ਵੀ ਕੋਜ ਜਲ ਸਕਣਾ ਚਾਹੀਦਾ ਤੇ ਉਹ ਵੀ ਤਾਂ ਸਰਕਾਰ ਹੀ ਹੈ ਪਾਰਾ ਭਗਵਾਨਤਮਨ ਦੇ ਕੋਲ ਅਸਦਾ ਕੋਈ ਵੀ ਜਵਾਬ ਨਹੀਂ ਆ ਤੇ ਉਹ ਐਤਵਾਰ ਨੂੰ ਪੈਂਡਾ ਮੂਸੇਵਾਲਾ ਦੇ ਗ੍ਰਹਿ ਵਿਖੇ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਰਿਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ ਬਲਕਾਰ ਸਿੰਘ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਇਹ ਡਰ ਪੈਦਾ ਕਰ ਗਿਆ ਕਿ ਕੁਝ ਗੈਂਗਸਟਰ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੇ ਉਤਾਵਲੇ ਹਨ ਪਰ ਉਹ ਇਸ ਵਿੱਚ ਕੋਈ ਵੀ ਯਕੀਨ ਨਹੀਂ ਰੱਖਦੇ ਤੇ ਉਹ ਕੋਈ ਵੀ ਗੈਰ ਕਾਨੂੰਨੀ ਤਰੀਕਾ ਨਹੀਂ ਅਪਣਾਉਣਾ ਚਾਹੁੰਦੇ ਤੇ ਹੱਦ ਲਈ ਉਹ ਕਾਨੂੰਨੀ ਲੜਾਈ ਲੜਨ ਦੇ ਵਿੱਚ ਇਹ ਯਕੀਨਣਾ ਰੱਖਦੇ ਹਨ ਅਗਲੀ ਵੱਡੀ ਖਬਰ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਵੀ ਬਣੀਆਂ ਭ੍ਰਿਸ਼ਟਾਚਾਰ ਦਾ ਗੜ ਪੰਚਾਂ ਸਰਪੰਚਾਂ ਦੇ ਖਿਲਾਫ ਅਈਆਂ ਸ਼ਿਕਾਇਤਾਂ ਦਾ ਹੜ੍ਹ ਜੀਹਾਂ ਦੋਸਤੋ ਪੰਜਾਬ ਦੇ ਵਿੱਚ ਇੱਕ ਪਾਸੇ ਮਾਲ ਮਹਿਕਮੇ ਤੇ ਪੰਜਾਬ ਪੁਲਿਸ ਵਿਭਾਗ ਦੇ ਮੁਲਾਜ਼ਮਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਦੂਜੇ ਪਾਸੇ ਸੂਬੇ ਦੇ ਅੰਦਰ ਪੰਚਾਂ ਸਰਪੰਚਾਂ ਦੇ ਖਿਲਾਫ ਵੀ ਸ਼ਿਕਾਇਤਾਂ ਦਾ ਹੜ੍ਹ ਆ ਗਿਆ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਦੇ ਵੱਲੋਂ ਚੁਣੇ ਗਏ ਨੁਮਾਇੰਦਿਆਂ ਦੇ ਖਿਲਾਫ ਪਹਿਲੀ ਵਾਰ ਇਨੇ ਵੱਡੇ ਪੱਧਰ ਦੇ ਉੱਪਰ ਸ਼ਿਕਾਇਤਾਂ ਆਈਆਂ ਹਨ ਹਾਸਲ ਜਾਣਕਾਰ ਦੇ ਮੁਤਾਬਕ ਇਸ ਸਮੇਂ ਪੰਚਾਇਤ ਅਤੇ ਪਿੰਡੂ ਵਿਕਾਸ ਵੇਪਾ ਅਗ ਪੰਚਾਇਤ ਸਰਪੰਚਾਂ ਤੇ ਪੰਚਾਇਤ ਸੱਤਰਾਂ ਦੇ ਵਿਰੁੱਧ ਆਈਆਂ 450 ਤੋਂ ਵੱਧ ਸ਼ਿਕਾਇਤਾਂ ਦੀ ਜਾਂਚ ਕਰਿਆ ਤੇ ਇਹਨਾਂ ਦੇ ਵਿੱਚ ਅੱਧੀਆਂ ਸ਼ਿਕਾਇਤਾਂ ਮੰਤਰੀ ਦੇ ਆਨਲਾਈਨ ਸ਼ਿਕਾਇਤ ਸਹੂਲਤ ਤੇ ਕੀਤੀਆਂ ਗਈਆਂ ਹਨ ਅਗਲੀ ਵੱਡੀ ਖਬਰ ਬਟੰਡਾ ਵਿੱਚ ਚਾਰ ਫੌਜੀ ਜਵਾਨਾਂ ਦੇ ਕਤਲ ਕਿਸ ਦੇ ਵਿੱਚ ਵੱਡਾ ਕਲਾਸਾ ਨਿਜੇ ਰਾਂਜਸ ਕਰਕੇ ਫੌਜੀ ਨਹੀਂ ਕੀਤੀ ਸੀ ਫਾਇਰਿੰਗ ਜੀ ਹਾਂ ਦੋਸਤੋ ਬਟੰਡਾ ਮਿਲਟਰੀ ਏਰੀਆ ਦੇ ਵਿੱਚ ਫਾਇਰਿੰਗ ਕਰਕੇ ਚਾਰ ਫੌਜੀ ਜਵਾਨਾਂ ਦੇ ਕਤਲ ਕਿਸ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਪੁਲਿਸ ਨੇ ਇੱਕ ਫੌਜੀ ਜਵਾਨ ਨੂੰ ਹਰਸਤ ਵਿੱਚ ਲਿਆ ਹ ਅਤੇ ਸੂਤਰਾਂ ਦੇ ਮੁਤਾਬਕ ਇਸ ਜਵਾਨ ਨੇ ਹੀ ਫਾਇਰਿੰਗ ਕਰਕੇ ਚਾਰ ਜਵਾਨਾਂ ਦਾ ਕਤਲ ਕੀਤਾ ਇਹਤ ਹਾਸਲ ਜਾਣਕਾਰ ਦੇ ਮੁਤਾਬਕ ਪੰਜਾਬ ਪੁਲਿਸ ਨੇ ਕੈਂਟ ਦੇ ਅਸੀਂ ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨਾਂ ਦੇ ਕਤਲ ਦੇ ਮਾਮਲੇ ਵਿੱਚਾ ਘਟਨਾ ਦੇ ਚਸਮਦੀਦ ਗਵਾਹ ਨੂੰ ਗ੍ਰਿਫਤਾਰ ਕਰ ਲਿਆ ਹ ਤੇ ਉਸ ਨੇ ਆਪਣੀ ਦੋਸ਼ਮਣੀ ਦੇ ਕਾਰਨ ਚਾਰ ਜਵਾਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ ਐਸਐਸਪੀ ਗੋਲਨੀਤਾ ਸਿੰਘ ਖੁਰਾਣੇ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਦੀ ਟੀਮਾ ਘਟਨਾ ਦੀ ਜਾਂਚ ਕਰੀਆ ਤੇ ਤਫਤੀਸ਼ ਦੇ ਦੌਰਾਨ ਜਦੋਂ ਚਸਮਦੀਦ ਗੰਨਰ ਨੂੰ ਤਪਤੇਸ ਵਿੱਚ ਸ਼ਾਮਲ ਕਰਕੇ ਸਖਤੀ ਦੇ ਨਾਲ ਪਹੁੰਚ ਗਿਆ ਚਕ ਕੀਤੀ ਗਿਆ ਤਾਂ ਮੁਲਜ਼ਮ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਤੇ ਉਹਨੇ ਮੰਨਿਆ ਕਿ ਆਪਣੀ ਨਿਜੀ ਰਾਂਜਸ ਕਰਕੇ ਉਸਨੇ ਪਹਿਲਾਂ ਚਾਰ ਜਵਾਨਾਂ ਨੂੰ ਮਾਰਨ ਦੇ ਲਈ ਰਾਈਫਲ ਚੋਰੀ ਕੀਤੀ ਆ ਤੇ ਫਿਰ ਉਸੇ ਰਾਈਫਲ ਦੇ ਨਾਲ ਚਾਰਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟਾ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੱਡੀ ਖਬਰ ਅੰਮ੍ਰਿਤਸਰ ਵਿੱਚ ਭਾਈਪਾ ਨੇਤਾ ਤੇ ਚੱਲਣਾ ਤਾਬੜ ਤੂੜ ਗੋਲੀਆਂ ਤਾਂ ਦੋਸਤੋ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਕਿ ਪੰਜਾਬ ਭਾਈਪਾ ਐਸਸੀ ਮੋਰਚਾ ਦੇ ਆਗੂ ਬਲਵਿੰਦਰ ਸਿੰਘਾ ਗੱਲ ਨੂੰ ਮੁਹੱਲਾ ਜੋਤੀ ਸਰ ਵਿਖੇ ਗੋਲੀਆਂ ਮਾਰੀਆਂ ਗੰਗਾ ਹੰਤੇ ਦੱਸਿਆ ਜਾ ਰਿਹਾ ਇੱਕ ਕੁੱਝ ਨਕਾਬਪੋਸ਼ ਹਮਲਾਵਰਾਂ ਨੇ ਉਹਨਾਂ ਦੇ ਘਰ ਵਿੱਚ ਵੜ ਕੇ ਤਾਵੜ ਤੋੜਾ ਗੋਲੀਆਂ ਚਲਾ ਦਿੱਤੀਆਂ ਡੀਐਸਪੀ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਲਾਜ ਦੇ ਲਈ ਅਮਰਤਸਰ ਵਿਖੇ ਭੇਜਿਆ ਗਿਆ ਹੈ ਬਲਵਿੰਦਰ ਗਿੱਲ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਪੁਲਿਸ ਨੇ ਘਟਨਾ ਦੀ ਜਾਣਕਾਰੀ ਪ੍ਰਾਪਤ ਕਰੀ ਅਤੇ ਜਾਂਚ ਦੇ ਵਿੱਚ ਜੋ ਵੀ ਮੁਲਜ਼ਮਾ ਪਾਇਆ ਗਿਆ ਤੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਕਾਟਣਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਪੰਜਾਬੀ ਗਾਇਕ ਦੇ ਸ਼ੂਬਾਜਾ ਬੰਬ ਦੀ ਸੂਚਨਾ ਨਿਕਲੀ ਅਫਵਾਹ ਤਾਂ ਦੋਸਤੋ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਸ਼ਨੀਵਾਰ ਨੂੰ ਲੁਧਿਆਣਾ ਦੇ ਇੰਡੋਰ ਸਟੇਡੀਅਮ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਇਹ ਸਮਾਗਮ ਪ੍ਰਸ਼ਾਸਨ ਦੇ ਬਲੋ ਕਰਵਾਇਆ ਗਿਆ ਤੇ ਪੂਰਾ ਸਟੇਡੀਅਮ ਖਾਚਾ ਖਾਚ ਭਰਿਆ ਹੋਇਆ ਸੀ ਤੇ ਇਸ ਦੌਰਾਨ ਕਿਸ ਨੇ ਪੁਲਿਸ ਕੰਟਰੋਲ ਰੂਮ ਨੂੰ ਫੁੰਕਾਰ ਕੇ ਇੰਡੋਰ ਸਟੇਡੀਅਮ ਦੇ ਵਿੱਚ ਬੰਬ ਰੱਖਣ ਦੇ ਧਮਕੀ ਦਿੱਤੀ ਉਸ ਤੋਂ ਬਾਅਦ ਕਮਿਸ਼ਨਰ ਰੇਟਾ ਪੁਲਿਸ ਦੇ ਕਈ ਸੀਨੀਅਰ ਅਧਿਕਾਰੀ ਅਤੇ ਥਾਣਿਆਂ ਦੇ ਪੁਲਿਸ ਮੌਕੇ ਤੇ ਪਹੁੰਚ ਗਏ ਤੇ ਲੋਕਾਂ ਦੀ ਭੀੜ ਨੂੰ ਦੇਖਦਿਆਂ ਪੁਲਿਸ ਕਿਸੇ ਕਿਸਮ ਦਾ ਜੋਖਮ ਨਹੀਂ اٹھਾਉਣਾ ਚਾਹੁੰਦੀ ਤੇ ਨਾਲ ਹੀ ਪੁਲਿਸ ਤੁਰੰਤ ਸੂਚਨਾ ਦੇ ਕੇ ਇੱਥੇ ਭਗੜੜ ਮਚਾਉਣਾ ਚਾਹੁੰਦੀ ਤੇ ਉਸ ਤੋਂ ਬਾਅਦ ਪੁਲਿਸ ਨੇ ਬੜੀ ਸੂਝ ਬੁਝ ਦੇ ਨਾਲ ਕਾਰਵਾਈ ਕੀਤੀ ਅਤੇ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇੱਕ ਵਿਅਕਤੀ ਨੇ ਆਈਸਕ੍ਰੀਮ ਵੇਚਣ ਵਾਲੇ ਦੁਕਾਨਦਾਰ ਦਾ ਫੋਨ ਲੈ ਕੇ ਪੁਲਿਸ ਨੂੰ ਝੂਠੀ ਸੂਚਨਾ ਦਿੱਤੇ ਸਿਆ ਤੇ ਜਾਂਚ ਤੋਂ ਬਾਅਦ ਪੁਲਸ ਨੇ ਰਾਹਤ ਦਾ ਸਾਹ ਲਿਆ ਹੈ। ਅਗਲੀ ਖਬਰ ਹੈ ਵਿਧਾਇਕਾ ਦੇ ਉਣ ਤੋਂ ਪਹਿਲਾਂ ਹੀ ਆਪ ਵਰਕਰਾਂ ਨੇ ਟੋਲ ਪਲਾਜ਼ਾ ਕੀਤਾ ਪਰਚੀ ਮੁਕਤ। ਤਾਂ ਦੋਸਤੋ ਭਵਾਨੀਗੜ੍ਹ ਨੇੜੇ ਕਾਲਾ ਝਾੜ ਟੋਲ ਪਲਾਜ਼ਾ ਨੂੰ ਸਹੂਲਤਾਂ ਨਾ ਦੇਣ ਤੇ ਹਲਕਾ ਸੰਗਰੂਰ ਦੇ ਵਿਧਾਇਕਾ ਨਰਿੰਦਰ ਕੌਰ ਭਰਾਏ ਨੇ ਪਰਚੀ ਮੁਕਤ ਕਰਨ ਦਾ ਐਲਾਨ ਕੀਤਾ ਤੇ ਜਿਸ ਨੂੰ ਲੈ ਕੇ ਵੱਡੀ ਗੰਨ ਤੇ ਵਿੱਚ ਆ ਵਰਕਰਾਂ ਨੇ ਭਰਾਏ ਦੇ ਉਣ ਤੋਂ ਪਹਿਲਾਂ ਹੀ ਟੋਲ ਪਲਾਜ਼ਾ ਨੂੰ ਪਰਚੀ ਮੁਕਤ ਕਰ ਦਿੱਤਾ। ਅਗਲੀ ਖਬਰ ਜਲੰਧਰ ਜਿਮਣੀ ਚੋਣ ਦੇ ਲਈ ਆਪ ਦੇ ਵੱਲੋਂ ਅੱਜ ਭਰੇ ਜਾਣਗੇ ਉਮੀਦਵਾਰ ਦੇ ਕਾਗਜ਼ ਜਲੰਧਰ ਜਿਮਣੀ ਚੋਣ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਮਤਲਬ ਕਿ ਸੋਮਵਾਰ ਨੂੰ ਆਪਣੀ ਪਾਰਟੀ ਦੇ ਉਮੀਦਵਾਰ ਦੇ ਕਾਗਜ਼ ਭਰੇ ਜਾਣਗੇ ਤੇ ਇਸ ਬਾਰੇ ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਜਲੰਧਰ ਲੋਕ ਸਭਾ ਹਲਕੇ ਦੇ ਲੋਕ ਇਸ ਚੋਣ ਦੇ ਵਿੱਚ ਸਾਡਾ ਮਾਣ ਰੱਖਣਗੇ ਤਾਂ ਕਿ ਅਸੀਂ ਦੁੱਗਣੇ ਚੌਗਣੇ ਹੌਸਲੇ ਦੇ ਨਾਲ ਪੰਜਾਬ ਦੇ ਬਕਾਸ ਦੇਲੇ ਕੰਮ ਕਰਦੇ ਰਹੀ ਹੈ ਤੇ ਉਹਨਾਂ ਨੇ ਲਿਖਿਆ ਕਿ ਅੱਜ ਜਲੰਧਰ ਦੇ ਵਿੱਚ ਮਿਲਦਿਆਂ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਲੰਧਰ ਜਿਮਣੀ ਚੋਣ ਦੇ ਲਈ ਸੁਸ਼ੀਲਾ ਰੇਂਕੂ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਤੇ ਇਹ ਚੋਣ 10 ਮਈ ਨੂੰ ਹੁਣ ਜਾਰੀ ਹੈ ਤੇ ਵੋਟਾਂ ਦੀ ਗਿਣਤੀ 13 ਮਈ ਦਰਨ ਸ਼ਨੀਵਾਰ ਨੂੰ ਹੋਵੇਗੀ ਪੰਜਾਬ ਪੁਲਿਸ ਨੇ ਸਵੇਰ ਭਾਰ ਦੇ バス ਅਡਿਆਂ ਰੇਲਵੇ ਸਟੇਸ਼ਨਾਂ ਤੇ ਚਲਾਈ ਤਲਾਸ਼ੀ ਮੁਹਿੰਮ 115 ਗ੍ਰਫਤਾਰ ਬਾਟ ਐਫ ਆਈ ਆਰ ਤਾਂ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਦੇ ਦੇਸ਼ਾਂ ਨਿਰਦੇਸ਼ਾਂ ਤੇ ਸਮਾਜ ਵਿਰੋਧੀ ਅੰਸਰਾਂ ਦੇ ਵਿਰੋਧਾ ਵਿੱਢੀ ਗਈ ਮਹਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਅੰਤਭਾਰ ਸਵੇਰ ਭਰ ਦੇ ਸਾਰੇ ਬੱਸ ਸਾਡਿਆਂ ਤੇ ਰੇਲਵੇ ਸਟੇਸ਼ਨਾਂ ਤੇ ਵਿਸ਼ੇਸ਼ ਕਾਰਡਨ ਅਤੇ ਸਰਚ ਆਪਰੇਸ਼ਨ ਚਲਾਇਆ ਇਹ ਕਾਰਵਾਈ ਡੀਜੀਪੀ ਪੰਜਾਬ ਗੌਰਵ ਜਾਦਵ ਦੇ ਦੇਸ਼ਾਂ ਨਿਰਦੇਸ਼ਾਂ ਤੇ ਕੀਤੀ ਗਈ ਗੌਰਵ ਜਾਦਵ ਨੇ ਦੱਸਿਆ ਹੈ ਕਿ ਇਹ ਆਪਰੇਸ਼ਨ ਸਾਰੇ 28 ਪੁਲਿਸ ਜ਼ਿਲ੍ਹਿਆਂ ਦੇ ਵਿੱਚ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਇੱਕੋ ਸਮੇਂ ਚਲਾਇਆ ਗਿਆ ਤੇ ਜਸਤਿਹਦਾ ਪੁਲਿਸਾਂ ਟੀਮਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਫੋਰਸਾਂ ਦੀਆਂ ਟੀਮਾਂ ਨੇ ਖੂਜੀ ਕੁੱਤਿਆਂ ਦੀ ਮਦਦ ਦੇ ਨਾਲ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਤੇ ਆਉਣ ਜਾਣ ਵਾਲੇ ਲੋਕਾਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਪੁਲਿਸ ਟੀਮਾਂ ਨੇ ਸ਼ੱਕੀ ਲੋਕਾਂ ਦੀ ਜਾਂਚ ਪੜਤਾਲ ਵੀ ਕੀਤੀ ਹੈ ਤੇ ਸਪੈਸ਼ਲ ਡੀਜੀਪੀ ਅਰਪੇਤ ਸ਼ੁਕਲਾ ਨੇ ਦੱਸਿਆ ਹੈ ਕਿ ਇਸ ਆਪਰੇਸ਼ਨ ਨੂੰ ਸਫਲ ਬਣਾਉਣ ਦੇ ਲਈ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਐਸਪੀ ਰੈਂਕ ਦੇ ਅਧਿਕਾਰੀਆਂ ਦੇ ਨਿਗਰਾਨੀ ਦੇ ਹੇਠਾਂ ਬਾਅਦ ਤੋਂ ਬਾਅਦ ਪੁਲਿਸਾਂ ਟੀਮਾਂ ਨੂੰ ਇਕੱਠੇ ਹੋਣ ਦੇ ਲਈ ਕਿਹਾ ਗਿਆ ਸੀ। ਉਹਨਾਂ ਨੇ ਦੱਸਿਆ ਹੈ ਕਿ ਸਵੇਰੇ 170 ਬਾਸਾਂ ਤੇ 132 ਰੇਲਵੇ ਸਟੇਸ਼ਨਾਂ ਤੇ ਚਲਾਏ ਗਏ ਆਪਰੇਸ਼ਨ ਦੇ ਦੌਰਾਨ 3304 ਦੇ ਕਰੀਬ ਲੋਕਾਂ ਦੀ ਚੈਕਿੰਗ ਕੀਤੀ ਗਈ। ਸਪੈਸ਼ਲ ਡੀਜੀਪੀ ਨੇ ਕਿਹਾ ਹੈ ਕਿ ਪੁਲਿਸਾਂ ਟੀਮਾਂ ਨੇ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ 62 ਐਫਆਈਆਰ ਦਰਜ ਕਰਕੇ 115 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪਲਾਸਾ ਟੀਮਾਂ ਨੇ ਮੁਲਜ਼ਮਾਂ ਦੇ ਕੋਲੋਂ 900 ਗ੍ਰਾਮ ਹੈਰੋਇਨ ਅਤੇ 1.2 ਕਿਲੋ ਅਫੀਮ ਤੋਂ ਇਲਾਵਾ ਨਜਾਇਜ਼ ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਤੇ ਅਰਪਤ ਸ਼ੁਕਲਾ ਨੇ ਕਿਹਾ ਹੈ ਕਿ ਅਜਿਹੇ ਸਰਚ ਆਪਰੇਸ਼ਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਸੂਬੇ ਦੇ ਵਿੱਚੋਂ ਨਸ਼ਿਆਂ ਤੇ ਗੈਂਗਸਟਰਾਂ ਦਾ ਸਫਾਇਆ ਨਹੀਂ ਹੋ ਜਾਂਦਾ। ਅਗਲੀ ਵੱਡੀ ਖਬਰ ਹਸਪਤਾਲ ਦੇ ਵਿੱਚ ਆੜ ਕੇ 3 ਵਜੇ ਮੱਤੀ ਹਫੜਾ ਦਫੜੀ 4 ਦਿਨਾਂ ਦਾ ਬੱਚਾ ਚੋਰੀ ਕਰ ਗਾਇਬ ਹੋ ਗਈ ਔਰਤ। ਤਾਂ ਦੋਸਤੋ ਲੁਧਿਆਣਾ ਤੋਂ ਵੱਡੀ ਖਬਰ ਆ ਚੁੱਕੀ ਹੈ ਇੱਥੇ ਸਿਬਲਾ ਹਸਪਤਾਲ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ 4 ਦਿਨਾਂ ਦਾ ਇੱਕ ਬੱਚਾ ਗਾਇਬ ਹੋ ਗਿਆ ਤੇ ਇਹ ਸਾਰੀ ਘਟਨਾ ਇੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਤੇ ਜਾਣਕਾਰ ਦੇ ਮੁਤਾਬਕ ਮਦਰ ਐਂਡ ਚਾਈਲਡ ਵਿਭਾਗ ਤੋਂ ਤੜਕੇ ਸਵੇਰੇ 3 ਵਜੇ ਇੱਕ ਔਰਤ ਬੇਹੋਸ਼ੀ ਦਾ ਸਪਰੇ ਕਰਕੇ ਬੱਚਾ ਚੋਰੀ ਕਰਕੇ ਲੈ ਗਈ ਤਾਂ ਦੱਸਿਆ ਜਾ ਰਿਹਾ ਕਿ ਉਹ ਬੱਚਾ ਮੁੰਡਾ ਸੀ ਜੋ ਕਿ 3 3 ਤੋਂ ਬਾਅਦ ਹੋਇਆ ਤੇ ਪਰਿਵਾਰ ਬਾਲਿਆ ਨੇ ਤੁਰੰਤ ਇਹਦੇ ਜਾਣਕਾਰੀ ਪੁਲਿਸ ਨੂੰ ਦਿੱਤੀਆ ਤੇ ਮੌਕੇ ਤੇ ਪਹੁੰਚੇ ਪੁਲਿਸ ਨੇ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਆਮ ਆਦਮੀ ਕਲੀਨਿਕ ਵਿੱਚ ਨਹੀਂ ਦਿਖਾਈ ਦੇਵੇਗੀ ਮੁੱਖ ਮੰਤਰੀ ਦੀ ਫੋਟੋ ਸੀਈਓ ਦੇ ਹੁਕਮ ਜਾਰੀ ਜੀ ਆਹ ਦੋਸਤੋ ਮੌਕਾ ਚੋਣ ਅਧਿਕਾਰੀ ਸਿਬਨ ਸੀ ਨੇ ਆਮ ਆਦਮੀ ਕਲੀਨਿਕ ਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਹਟਾਉਣ ਜਾਂ ਇਸ ਨੂੰ ਚੰਗੇ ਤਰ੍ਹਾਂ ਟਾਕਨ ਦੇ ਹੁਕਮ ਦਿੱਤੇ ਹਨ ਤੇ ਉਹਨਾਂ ਨੇ ਇਹ ਕਾਰਵਾਈ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕੀਤਾ ਅਤੇ ਹਾਲਾਂਕਿ ਇਹ ਹੁਕਮ ਸਿਰਫ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਹੀ ਲਾਗੂ ਹੋਣਗੇ ਹਾਲਾਂਕਿ ਇਹ ਹੁਕਮ ਜਲੰਧਰ ਲੋਕ ਸਭਾ ਹਲਕੇ ਵਿੱਚ ਲਾਗੂ ਹੋਵੇਗਾ ਤੇ ਇਹ ਮੁੱਦਾ ਵਿਧਾਨ ਸਭਾ ਦੇ ਬੈਚਾ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਇਬਾ ਨੇ ਉਠਾਇਆ ਸੀ ਸੀਈਓ ਸਿਬਨ ਸੀਨ ਦਾ ਸਹਿਕ ਕਿ ਚੋਣਾਂ ਦੇ ਦੌਰਾਨ ਅਜਿਹਾ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ ਜਿਸ ਦੇ ਨਾਲ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਕਮਿਸ਼ਨ ਨੂੰ ਸ਼ਿਕਾਇਤ ਮਿਲੀ ਸੀ ਕਿ ਇਸ ਤੋਂ ਬਾਅਦ ਜਿਲਾ ਚੋਣ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਆਮ ਆਦਮੀ ਕਲੀਨ ਕਰਨ ਵਿੱਚ ਲਗਾਈਆਂ ਗਈਆਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਨੂੰ ਜਾਂ ਤਾਂ ਹਟਾ ਦਿੱਤਾ ਜਾਵੇ ਜਾਂ ਫਿਰ ਢਾਕੇ ਰੱਖਿਆ ਜਾਵੇ ਕਿਸਾਨਾਂ ਦੇ ਬੈਂਕ ਖਾਤੇ ਨੇ ਵਿੱਚ 1140 ਕਰੋੜ ਰੁਪਏ ਦਾ ਸਿੱਧਾ ਭੁਗਤਾਨ ਜਾਰੀ ਕੀਤਾ ਲਾਲਚੰਦ ਕਟਾਰੂ ਚੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਅਗਵਾਈ ਵਾਲੀ ਪੰਜਾਬ ਸਰਕਾਰ ਮੌਜੂਦਾ ਹਾੜੀ ਮੰਡੀ ਕਰਨ ਸੀਜ਼ਨ ਦੇ ਦੌਰਾਨ ਸੂਬੇ ਭਰਦਿਆਂ ਮੰਡੀਆਂ ਦੇ ਵਿੱਚ ਨਿਰਬਿਗਨ ਖਰੀਦ ਨੂੰ ਯਕੀਨੀ ਬਣਾ ਰਹੀ ਹੈ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਤੁਰੰਤ ਸਿੱਧਾ ਭੁਗਤਾਨ ਕਰਨ ਦੇ ਮਾਮਲੇ ਦੇ ਰਿਕਾਰਡ ਕਾਇਮ ਕੀਤਾ ਕਿਉਂਕਿ ਭੁਗਤਾਨ ਪਹਿਲਾਂ ਦੇ ਨਾਲੋਂ ਤੇਜ਼ੀ ਦੇ ਨਾਲ ਜਾਰੀ ਕੀਤੇ ਗਏ ਹਨ ਤੇ ਖੁਰਾਕ ਸਬਲ ਸਪਲਾਈ ਅਤੇ ਖਾਫਤਕਾਰ ਮਾਮਲੇ ਮంత్రి ਲਾਲਚੰਦ ਕਟਾਰੂਚੱਕ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਹੁਣ ਤੱਕ 2125 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਘਟੋ ਘਾਟ ਸਮਰਥਨ ਮਲ ਦੇ ਪੂਰੀ ਰਕਮ 1140 ਕਰੋੜ ਰੁਪਏ ਦਾ ਸਿੱਧਾ ਭੁਗਤਾਨ ਕਰੀਬ 66000 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਾਰੀ ਕੀਤਾ ਜਾ ਚੁੱਕਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਘਟੋ ਘਾਟ ਸਮਰਥਨ ਮਲ ਦੀਆਂ ਅਦਾਇਗਾਂ ਜਾਰੀ ਕਰਨ ਵੇਲੇ ਕਿਸਾਨਾਂ 'ਤੇ ਕੋਈ ਵੀ ਕਟੌਤੀ ਨਹੀਂ ਕੀਤੀ ਗਈ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅੱਜ 15 ਅਪ੍ਰੈਲ ਤੱਕ ਸਰਕਾਰੀ ਖਰੀਦ ਏਜੰਸੀਆਂ ਦੇ ਵੱਲੋਂ 13 ਲੱਖ ਮੀਟਰਕਾ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਬੱਸ ਯਾਤਰੀਆਂ ਦੇ ਲਈ ਅਹਿਮ ਵੱਡੀ ਖਬਰ ਅੱਜ ਦਿਨ ਚੱਲਣੀ ਪੈ ਸਕਦੀ ਹੈ ਭਾਰੀ ਪਰੇਸ਼ਾਨੀ। ਪੰਨ ਬੱਸ ਪੀਆਰਟੀਸੀ ਠੇਕਾ ਵਰਕਰ ਜੂਨੀਅਨ ਵੱਲੋਂ ਸਤਾਨਕਾ ਬੱਸਾਡੇ ਬੈਚ ਜੂਨੀਅਨ ਦੇ ਸਰਪ੍ਰਸਤ ਕਮਲਾ ਕੁਮਾਰ ਦੇ ਪ੍ਰਧਾਨਗੀ ਦੇ ਬੈਚ ਸੁਭਾ ਪਦਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੈਂਡਿੰਗ ਮੰਗਾਂ ਦਾ ਮੁੱਦਾ ਪ੍ਰਮੁਖਤਾ ਦੇ ਨਾਲ ਉਠਾਇਆ ਗਿਆ ਤੇ ਸੂਬਾ ਪ੍ਰਧਾਨ ਅਰੇਸ਼ਮ ਸਿੰਘ ਗੱਲ ਅਤੇ ਜਨਨ ਸਕੱਤਰ ਸ਼ਮਸੇਰ ਸੰਘਾ ਢੋ ਦੇ ਸਦ ਤੇ ਬੁਲਾਈ ਗਈ ਮੀਟਿੰਗ ਦੇ ਵਿੱਚ ਆ ਬੁਲਾਰੇ ਨੇ ਕਿਹਾ ਹੈ ਕਿ ਅਧਿਕਾਰੀਆਂ ਦੇ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਪਰ ਮੰਗਾਂ ਮੰਨਣ ਦਾ ਭਰੋਸਾ ਦਬਾਇਆ ਜਾ ਚੁੱਕਿਆ ਪਰ ਫੈਲਾ ਅੱਗੇ ਨਹੀਂ ਵਧਾਈਆਂ ਜਾ ਰਹੀਆਂ ਤੇ ਜਿਸ ਦੇ ਨਾਲ ਵਰਕਰਾਂ ਦੇ ਵਿੱਚ ਭਾਰੀ ਰੋਸ ਵਧਦਾ ਜਾ ਰਿਹਾ ਹੈ ਅਗਾਮੀ ਸ਼ਿੰਗਾਰਚ ਬਾਰੇ ਵਿਚਾਰ-ਵਟਾਂਦਰਾ ਕਰਨ ਦੇ ਉਪਰੰਤ ਸਰਬਸੰਮਤੀ ਦੇ ਨਾਲ ਫੈਸਲੇ ਲੈ ਗਏ ਤੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਵਿੱਚ ਨਵੇਂ ठेकेदार ਨੂੰ ਭਰਤੀ ਕਰਵਾਉਣ ਦੇ ਲਈ 6 ਡਿੱਪੂਆਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਦਿੱਤੀਆਂ ਗਈਆਂ ਤੇ ਇਸ ਦੇ ਨਾਲ ਹੀ 28 ਨਵੇਂ ਡਰਾਈਵਰਾਂ ਦੀਆਂ ਤਨਖਾਹਾਂ ਵੀ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਹਨ ਤੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ 18 ਅਪ੍ਰੈਲ ਤੱਕ ਸਾਰੇ ਵਰਕਰਾਂ ਦੀ ਤਨਖਾਹ ਜਾਰੀ ਨਹੀਂ ਕੀਤੀ ਗਈ ਤਾਂ 19 ਅਪ੍ਰੈਲ ਨੂੰ ਪੰਜਾਬ ਦੇ ਸਾਰੇ 27 ਡੇਪੂਆਂ ਨੂੰ ਬੰਦ ਕਰਕੇ ਸ਼ੰਘਰਸ਼ ਤਿੱਖਾ ਕੀਤਾ ਜਾਵੇਗਾ ਤੇ ਇਸ ਦਰਾਨ ਕਿਸੇ ਵੀ ਸਰਕਾਰੀ ਬੱਸ ਨੂੰ ਡੇਪੂਆਂ ਦੇ ਵਿੱਚੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਤੇ ਇਸ ਕਾਰਨ ਸਰਕਾਰੀ ਬੱਸਾਂ ਦਾ ਜੱਕਾ ਜਾਮ ਰਹੇਗਾ ਸ਼ਮਸ਼ੇਰ ਸਿੰਘ ਨੇ ਕਿਹਾ ਹੈ ਕਿ ਯੂਨੀਅਨ ਦੇ ਵੱਲੋਂ ਫਿਲਹਾਲ ਇੱਕ ਦਿਨ ਲਈ ਡੇਪੂ ਬੰਦ ਕਰਨ ਦਾ ਫੈਸਲਾ ਲਿਆ ਗਿਆ ਤੇ ਜੇਕਰ ਨੇਤਾਮਾ ਨੇ ਕਿਹਾ ਤਾਂ ਇਸ ਰੋਸ਼ ਪ੍ਰਦਰਸ਼ਨ ਨੂੰ ਅੱਗੇ ਵਧਾਇਆ ਜਾਵੇਗਾ ਮੀਤ ਪ੍ਰਧਾਨ ਦਲਜੀਤ ਸੰਘਾ ਜੱਲੇਬਾਲ ਸਤਪਾਲ ਸੰਘਾ ਸੱਤਾ ਜੁਆਇੰਟ ਸਖਤਰ ਜਲਾਰ ਸੰਘਾ ਜੋੜਾ ਸੰਘ ਨੇ ਕਿਹਾ ਹੈ ਕਿ ਇਸੇ ਕੜੀ ਦੇ ਤਹਿਤ 24 April ਨੂੰ ਜਲੰਧਰ ਦੇ ਵਿੱਚ ਜਨਤੰਗਾ ਮੀਟਿੰਗਾਂ ਕਰਕੇ ਭ੍ਰਸ਼ਟ ਵਿਭਾਗੀ ਅਧਿਕਾਰੀਆਂ ਦੇ ਨਾਂ ਸਬੂਤਾਂ ਸਮੇਤ ਜਨਤਕ ਕਿਤੇ ਜਾਣਗੇ ਤੇ ਜੱਲੇਬਾਲਾ ਤੇ ਸੱਤਾ ਨੇ ਕਿਹਾ ਹੈ ਕਿ ਇਸ ਦੌਰਾਨ ਵੀ ਸਰਕਾਰ ਨੇ ਕੋਈ ਕਦਮ ਨਾ ਉਠਾਇਆ ਤਾਂ 26 April ਨੂੰ ਮਹਾਨਗਰ ਜਲੰਧਰ ਵਿੱਚ ਜਲੂਸਾ ਕੱਢਦੇ ਹੋਏ ਰੋਸ਼ ਪਰਦਰਸ਼ਨ ਕੀਤਾ ਜਾਵੇਗਾ ਤੇ ਇਸ ਦੌਰਾਨ ਇਸ ਰੋਸ਼ ਪਰਦਰਸ਼ਨ ਵਿੱਚ ਪੰਜਾਬ ਦੇ ਸਾਰੇ 27 ਡੀਪੂਆਂ ਦੇ ਅਹੁਦੇਦਾਰਾਂ ਤੇ ਯੂਨੀਅਨ ਨੇਤਾ ਮੌਜੂਦ ਰਹਿ ਕੇ ਆਪਣੀ ਪੜਾਅ ਕੱਢਣਗੇ ਚੰਡੀਗੜ੍ਹ ਵਿੱਚ ਗਰਮੀ ਦਾ ਕਹਿਰ 39 ਡਿਗਰੀ ਤੱਕ ਪਹੁੰਚਿਆ ਪਾਰਾ ਜਾਣੋ ਮੌਸਮ ਵਿਭਾਗ ਦੇ ਤਾਜ਼ਾ ਪੁਵੈਖਬਾਣੀ ਚੰਡੀਗੜ੍ਹ ਵਿੱਚ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਤੇ ਸ਼ਹਿਰ ਦੇ ਵਿੱਚ ਪਾਰਾ ਲਗਾਤਾਰ ਵਧਦਾ ਜਾ ਰਿਹਾ ਤੇ ਜਿਸ ਕਰਕੇ ਲੋਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਨਿਕਲਣ ਦੇ ਵਿੱਚ ਦਿੱਕਤਾਂ ਆ ਰਹੀਆਂ ਹਨ ਐਤਵਾਰ ਨੂੰ ਸਿਟੀ ਬਿਊਟੀਫੁਲ ਦੇ ਵਿੱਚ ਬਾਅਦ ਤਬਾਪਮਾਨ 39 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਦੇ ਨਾਲੋਂ 5 ਡਿਗਰੀ ਸੈਲਸੀਅਸ ਵਧ ਅਤੇ ਅਸਤਰਕਾ ਟੁਕਾਟ ਤਾਪਮਾਨ 1.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਦੇ ਨਾਲੋਂ 2 ਡਿਗਰੀ ਸੈਲਸੀਅਸ ਵਧ ਹੈ ਮੌਸਮ ਵਿਭਾਗ ਦੇ ਵੱਲੋਂ ਦਾਕਾਣਾ ਪੂਰਬੀ ਹਵਾਵਾਂ ਦੇ ਵਹਾਅ ਅਤੇ ਦੈਨ ਸਮੇਂ ਸ਼ਰਦ ਬੈਚਾ ਬਾਦਰੇ ਦਾ ਤਾਪਮਾਨ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿੱਚ ਤਬਦੀਲੀ ਹੁੰਦੀ ਸੰਭਾਵਨਾ ਪ੍ਰਗਟਾਈ ਗਿਆ ਤੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਿਟੀ ਬਿਊਟੀਫੁੱਲ ਵਿੱਚ 17 ਅਪ੍ਰੈਲ ਨੂੰ ਬੱਦਲਬਾਈ ਰਹੇਗੀ ਜੋ ਕਿ 18 19 ਅਤੇ 20 ਅਪ੍ਰੈਲ ਨੂੰ ਕਈ ਥਾਵਾਂ ਤੇ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ